ਕਿਸਾਨ ਮਜ਼ਦੂਰ ਏਕਤਾ। ਵੀਰਾਂ ਭਰਾਵਾਂ ਨੂੰ ਬੇਨਤੀ ਹੈ ਭਾਈ ਸਾਰੇ ਦੁਕਾਨਦਾਰ ਵੀਰਾਂ ਭਰਾਵਾਂ ਨੂੰ ਵਪਾਰੀਆਂ ਨੂੰ ਜੋ ਕਿ ਅੱਜ 16 ਤਰੀਕ ਦੀ ਬੰਦ ਦੇ ਕਾਲ ਦਿੱਤੀ ਗਈ ਸੀ, ਬੰਦ ਦੀ ਕਾਲ ਨੂੰ ਮੁੱਖ ਰੱਖਦੇ ਹੋਏ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਕਿ ਆਪਣੀਆਂ ਦੁਕਾਨਾਂ ਬੰਦ ਕਰਕੇ ਅਤੇ ਬੰਦਾ ਸਿੰਘ ਬਹਾਦਰ ਚੌਂਕ 'ਚ ਪਹੁੰਚ ਕੇ ਉੱਥੇ ਕਿਸਾਨ ਯੂਨੀਅਨ ਦੇ ਜੋ ਆਗੂ ਹਨ ਉਹ ਆਪਣੇ ਵਿਚਾਰ ਰੱਖ ਰਹੇ ਹਨ, ਉਹਨਾਂ ਦੇ ਵਿਚਾਰ ਸੁਣੋ। ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਦੇਖਦੇ ਹੋ, ਤੁਸੀਂ ਦੇਖ ਰਹੇ ਹੋ ਸਮਾਣਾ ਦੇ ਬੱਸ ਸਟੈਂਡ ਦੇ ਵਿੱਚ ਕਿਸ ਤਰ੍ਹਾਂ ਬਾਜ਼ਾਰ ਪੂਰੇ ਤਰ੍ਹਾਂ ਬੱਸ ਸਟੈਂਡ ਦੀ ਦੁਕਾਨਾਂ ਸਾਰੀ ਬੰਦ ਹੈ, ਬੱਸਾਂ ਖੜੀ ਹੈ, ਕੋਈ ਬੱਸ ਨਹੀਂ ਜਾ ਰਹੀ ਅਤੇ ਕੋਈ ਯਾਤਰੀ ਵੀ ਇੱਥੇ ਦਿਖਾਈ ਦੇ ਰਿਹਾ। ਸਵੇਰੇ ਤੋਂ ਇੱਕਾ ਦੁੱਕਾ ਯਾਤਰੀ ਸੀ, ਲੇਕਿਨ ਹੁਣ ਇੱਥੇ ਸਿਰਫ ਬੱਸਾਂ ਖੜੀਆਂ, ਭਾਵੇਂ ਪ੍ਰਾਈਵੇਟ ਹੈ ਭਾਵੇਂ ਸਰਕਾਰੀ ਹੈ, ਕੋਈ ਬੱਸ ਵੀ ਇੱਥੇ ਨਹੀਂ ਚੱਲ ਰਹੀ ਹੈ, ਜਿਸ ਕਰਕੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਬੱਸਾਂ ਨਾ ਚੱਲਣ ਕਰਕੇ ਕੋਈ ਯਾਤਰੀ ਬੱਸ ਅੱਡੇ 'ਚ ਨਹੀਂ ਦਿਖਾਈ ਦੇ ਰਿਹਾ। ਇੱਕ ਬਜ਼ੁਰਗ ਬੈਠੇ ਹੈ, ਇਹਨਾਂ ਨੂੰ ਪੁੱਛਦੇ ਹਾਂ ਵੀ ਤੁਸੀਂ ਬੱਸ ਸਟੈਂਡ 'ਚ ਆਏ ਸੀ, ਤੁਸੀਂ ਜਾਣਾ ਕਹੀਂ? ਅਸੀਂ ਕਹੀਂ। ਹਾਂ, ਕੀ ਨਾਮ ਹੈ ਤੁਹਾਡਾ? ਗੋਬਿੰਦ ਰਾਮ। ਗੋਬਿੰਦ ਰਾਮ ਜੀ, ਕਿੱਥੇ ਜਾਣਾ ਸੀ? ਪਟਿਆਲੇ ਜਾਣਾ ਸੀ। ਪਟਿਆਲੇ 6 ਵਜੇ ਬੈਠੇ ਹਾਂ, ਕੋਈ ਬੱਸ ਨਹੀਂ ਆਈ। ਸਵੇਰ ਦੇ ਬੈਠੇ ਹੋ? ਹਾਂ ਹਾਂ। ਬੱਸਾਂ ਕੀ ਤੋਂ ਅੱਜ ਬੰਦ ਹੈ, ਕਿਸਾਨਾਂ ਨੇ ਬੰਦ ਕਰਿਆ ਪੂਰੇ ਪੰਜਾਬ 'ਚ? ਹਾਂਜੀ, ਬੱਸਾਂ ਦਾ ਚੱਲਣੀ ਨਹੀਂ ਕੋਈ? ਹਾਂ, ਚਲੋ ਦੇਖਦੇ ਹਾਂ, ਕੋਈ ਕੋਈ ਨਾ ਕੋਈ ਮਿਲ ਜਾਏਗਾ। ਹੋਰ ਬੱਸ ਰੱਖ ਲਓ। ਕੋਈ ਜ਼ਰੂਰੀ ਕੰਮ ਜਾਣਾ ਪਟਿਆਲੇ? ਹਾਂ, ਜ਼ਰੂਰੀ ਕੰਮ। ਇਹ ਜਿਹੜੇ ਬਜ਼ੁਰਗ ਬੈਠੇ ਸੀ ਇਹ ਕਹਿ ਰਹੇ ਵੀ ਕੋਈ ਜ਼ਰੂਰੀ ਕੰਮ ਹੈ, ਉਸ ਨੂੰ ਦੇਖਦੇ ਹੋਏ ਅਸੀਂ ਪਟਿਆਲੇ ਜਾਣਾ ਥਾ, ਲੇਕਿਨ ਕਿਸਾਨਾਂ ਵੱਲੋਂ ਪੂਰਾ ਭਾਰਤ ਬੰਦ ਦਾ ਜਿਹੜਾ ਸੱਦਾ ਹੈ ਉਸ ਦੇ ਤਹਿਤ ਸਮਾਣਾ ਮੁਕੰਮਲ ਬੰਦ ਹੈ, ਬਾਜ਼ਾਰ ਬੰਦ ਹੈ, ਦੁਕਾਨਦਾਰ ਵੀ ਇੱਥੇ ਪਹੁੰਚੇ ਹੈ, ਗੱਲਬਾਤ ਕਰਦੇ ਇਹਨਾਂ ਨਾਲ ਵੀ। ਹਾਂਜੀ, ਕਿਆ ਨਾਮ ਹੈ ਜੀ? ਮੇਰਾ ਨਾਮ ਰਾਜਕੁਮਾਰ ਹੈ ਜੀ। ਰਾਜਕੁਮਾਰ ਜੀ, ਬੰਦ ਪੂਰਾ ਸਾਥ ਹੈ? ਸਮਾਣਾ ਪੂਰਾ ਬਿਲਕੁਲ ਬੰਦ ਹੈ ਜੀ, ਸਾਰੀ ਮਾਰਕੀਟਾਂ ਸਾਰੇ ਪੈਪਸ, ਰੋਡਵੇਜ, ਬੱਸਾਂ, ਟਰੈਕਟਰ, ਸਕੂਟਰ ਸਭ ਕੁਝ ਬੰਦ ਹੈ ਇੱਥੇ ਪੂਰਾ। ਸਰਕਾਰ ਨੂੰ ਸਾਰੇ ਤੋਂ, ਸਰਕਾਰ ਦਾ ਵੀ ਹੱਥ ਇਹਨਾਂ ਦੇ ਨਾਲ ਹੀ ਹੈ, ਸਰਕਾਰ ਵੀ ਇਹਨਾਂ ਨਾਲ ਸਹਿਮਤ ਹੈ ਔਰ ਜਨਤਾ ਵੀ ਇਹਨਾਂ ਦੇ ਨਾਲ ਲੱਗੀ ਹੋਈ ਹੈ, ਉਹ ਕਹਿੰਦੇ ਇਹਨਾਂ ਨੂੰ ਪੂਰਾ ਸਾਥ ਦਿੱਤਾ ਜਾਵੇ। ਸੋ ਸਾਰਾ ਸਮਾਣਾ ਤਾਂ ਵਧੀਆ, ਬਾਕੀ ਪੰਜਾਬ ਦੀ ਵੀ ਆਪਾਂ ਨਿਊਜ਼ ਦੇਖ ਹੀ ਰਹੇ ਹਾਂ, ਤਕਰੀਬਨ ਵੱਧਦਾ ਰਹੇ ਹਾਂ। ਸਮਾਣਾ ਮੁਕੰਮਲ ਬੰਦ ਹੈ, ਦੁਕਾਨਦਾਰਾਂ ਨੇ ਕਿਹਾ ਵੀ ਸਾਡੀ ਦੁਕਾਨਾਂ ਬੰਦ ਹੈ ਔਰ ਕਿਸਾਨਾਂ ਨੂੰ ਸਮਰਥਨ ਹੈ, ਲੇਕਿਨ ਜਿਹੜੇ ਮੁੱਦੇ ਹੈ ਪ੍ਰਸ਼ਾਸਨ ਔਰ ਸਰਕਾਰ ਕਿਸਾਨਾਂ ਦੇ ਮੁੱਦੇ ਨੂੰ ਕਿਸ ਤਰ੍ਹਾਂ ਹੱਲ ਕਰਦੀ ਹੈ ਇਹ ਸਮੇਂ ਦੱਸੇਗਾ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, PTC ਨਿਊਜ਼ ਸਮਾਣਾ।